ਚੱਕ ਸਕਦੇ ਕਿਵੇਂ ਚੱਕਦੇ ਉਹਨੂੰ ਐਡੀ ਭਾਰੀ ਨੂੰ ਇਹ ਚੱਕਣ ਦੀ ਲੋੜ ਹੀ ਨਹੀਂ ਇਹ ਜਦੋਂ 100 ਸਾਲ ਪਹਿਲਾਂ ਜਦੋਂ ਇੱਥੇ ਫਿੱਟ ਕਰਤੀ ਆ ਕੇ ਉਦੋਂ ਦੀ ਇੱਥੇ ਹੀ ਹੈ ਇਹ ਹਿਲਾਈ ਨਹੀਂ 400 ਕਿਲੋ ਚੌਲ 200 ਕਿਲੋ ਚੀਨੀ ਤੇ 2 ਟੀਨ ਘਿਓ ਦੇ 80 ਪੀਪੇ ਪਾਣੀ ਦੇ ਇੱਕ ਪੀਪੇ 'ਚ 15 ਲੀਟਰ ਪਾਣੀ ਹੁੰਦਾ 80 ਪੀਪੇ ਪਾਣੀ ਦੇ ਇੰਨਾ ਮਟੀਰੀਅਲ ਇੱਕ ਵਾਰ ਪਾ ਕੇ ਇੰਨਾ ਬਣਦਾ ਇਹਦੇ ਵਿੱਚ ਪਰ ਦੇਖੋ ਹੈਰਾਨੀ ਦੀ ਗੱਲ ਹੈ ਵੀ ਇੰਨਾ ਮਟੀਰੀਅਲ ਪਾ ਕੇ ਐਸੀ ਇੱਕ ਮਤਲਬ ਇੱਥੇ ਇੱਕ ਮਹਾਂਪੁਰਸ਼ਾਂ ਦੀ ਪ੍ਰਣਾਈ ਹੋਈ ਧਰਤੀ ਹੈ ਵੀ ਇੱਕ ਵੀ ਦਾਣਾ ਚੌਲ ਦਾ ਸਾਨੂੰ ਥੱਲੇ ਲੱਗਿਆ ਜਾਂ ਖਰਾਬ ਨਹੀਂ ਮਿਲੂਗਾ ਤੁਸੀਂ ਦੱਸਿਆ ਵੀ ਇਹ ਦੇਖਦੇ ਮੈਂ ਕਹਿੰਦਾ ਜਿਵੇਂ ਬਹੁਤ ਵੱਡੀ ਆ ਹਨਾ ਵਜਨ ਦਾ ਕੁਛ ਆਈਡੀਆ ਕਦੇ ਲਾਇਆ ਵੀ ਕਿੰਨੇ ਕੁ ਵਜਨ ਦੀ ਹੋ ਸਕਦੀ ਹੈ ਕੁਛ ਨਹੀਂ ਵਜਨ ਦਾ ਇਹਦਾ ਆਈਡੀਆ ਨਹੀਂ ਨਾ ਇਹਦਾ ਵਜਨ ਹੈ ਜਿਹੜਾ ਜਿਹੜਾ ਗ੍ਰੰਥ ਲਿਖਿਆ ਗਿਆ ਹੈਗਾ ਜੀਵਨ ਸਾਖੀ ਸੰਤ ਬਾਬਾ ਬਹਾਦਰ ਸਿੰਘ ਜੀ ਉਹਦੇ ਵਿੱਚ ਵਜਨ ਵੀ ਨਹੀਂ ਇਹਦਾ ਲਿਖਿਆ ਹੈ ਪਰ ਜੇ ਆਈਡੀਏ ਮੁਤਾਬਕ ਆਪਾਂ ਵਜਨ ਲਈਏ ਵੀ ਇਹਦਾ ਘੱਟ ਤੋਂ ਘੱਟ 6-7 ਕੁਇੰਟਲ ਵਜਨ ਤਾਂ ਇਹਦਾ ਆਰਾਮ ਨਾਲ ਹੋਏਗਾ ਹੀ ਕਿਉਂਕਿ ਇੱਥੇ ਇਤਿਹਾਸ ਵਿੱਚ ਆ ਰਿਹਾ ਵੀ ਇੱਥੇ 3 ਪਾਤਸ਼ਾਹੀਆਂ ਦੇ ਵੀ ਚਰਨ ਟਿਕੇ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਔਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹ ਝੇੜਾ ਹੁੰਦਾ ਸੀ ਇੱਥੇ ਪਾਤਸ਼ਾਹੀਆਂ ਦੇ ਚਰਨ ਉਸੇ ਝੇੜੇ ਨੂੰ ਆ ਕੇ ਸੰਤ ਬਾਬਾ ਬਹਾਦਰ ਸਿੰਘ ਜੀ ਨੇ ਆਬਾਦ ਕਰਿਆ ਇਹ ਜਿਹਨਾਂ ਨੇ ਇਹ ਦੇਗ ਬਣਾਈ ਹੈ ਹੀਰਾ ਸਿੰਘ ਠਠਿਆਰ ਭਾਂਡੇ ਬਣਾਉਣ ਵਾਲੇ ਨੂੰ ਆਪਾਂ ਪੰਜਾਬੀ 'ਚ ਠਠਿਆਰ ਕਹਿ ਦਿੰਦੇ ਠਠਿਆਰ ਉਹਦੇ ਪਰਿਵਾਰ ਨੇ ਸੁਣ ਲਈ ਇਹ ਉਹ ਵੀਡੀਓ ਪਾਕਿਸਤਾਨ 'ਚ ਹਾਂ ਨਾ ਪਾਕਿਸਤਾਨ 'ਚ ਨਹੀਂ ਉਹ 47 'ਚ ਪਰਿਵਾਰ ਇੱਧਰ ਆ ਗਿਆ ਸੀ ਸਿੱਖ ਪਰਿਵਾਰ ਸੀ ਉਹਨਾਂ ਨੇ ਜੋ ਸੁਣੀ ਵੀ ਦੇਖਿਆ ਉਹਨਾਂ ਨੇ ਦੱਸਿਆ ਹਾਂ ਔਰ ਉਹ ਜਿਹੜਾ ਹੀਰਾ ਸਿੰਘ ਸੀ ਉਹਦਾ ਪਰਿਵਾਰ ਅੱਧਾ ਪਰਿਵਾਰ ਹੁਣ ਹੁਸ਼ਿਆਰਪੁਰ ਰਹਿ ਰਿਹਾ ਉਹਦਾ ਅੱਧਾ ਪਰਿਵਾਰ ਜਗਾਦਰੀ ਰਹਿ ਰਿਹਾ ਉਹ ਹੁਣ ਵੀ ਉਹਨਾਂ ਦਾ ਭਾਂਡਿਆਂ ਦਾ ਬਰਤਨਾਂ ਦਾ ਕੰਮ